2016 में सजाई गई है, वो भी दूसरी बार सजाई गई है। पहली बार 2022 में सजाई गई सी और अज मैं मौका दिता उन्होंने। ਕਿੱਦਾਂ ਲੱਗ ਰਿਹਾ ਕਿ ਅੱਜ ਪ੍ਰਧਾਨ ਮੰਤਰੀ ਸਾਹਿਬ ਨੂੰ ਦੂਸਰੀ ਵਾਰ ਤੁਹਾਨੂੰ ਮੌਕਾ ਮਿਲਿਆ ਕਿ ਪਾਕਿਸਤਾਨ ਦਾ? ਬਹੁਤ ਵਧੀਆ ਲੱਗ ਰਿਹਾ, ਉਹ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਕਿੰਗ ਕਿਹਾ ਜਾਂਦਾ, ਬਹੁਤ ਮੈਂ ਕਹਿੰਦਾ ਖੁਸ਼ੀ ਦਾ ਟਿਕਾਣਾ ਨਹੀਂ ਹੈ ਮੇਰੀ ਜੀ। ਕਿੰਨਾ ਸਮਾਂ ਲੱਗਿਆ ਇਸ ਪੱਗ ਨੂੰ ਬੰਨਣ? 3 ਤੋਂ 4 ਮਿੰਟ ਲੱਗੇ ਪੱਗ ਬੰਨਣ ਨੂੰ ਜੀ। ਕੋਈ ਪੱਗ ਬੰਨਦੇ ਕੋਈ ਗੱਲਬਾਤ ਹੋਈ ਹੋਵੇ ਤੁਹਾਡੇ ਕਰੀਅਰ ਬਾਰੇ, ਕੋਈ ਗੱਲਬਾਤ ਜਾਂ ਜਲੰਧਰ ਵਾਸਤੇ ਕੋਈ ਗੱਲਬਾਤ? ਨਹੀਂ, ਇਸ ਬਾਰੇ ਕੋਈ ਗੱਲਬਾਤ ਨਹੀਂ, ਬਟ ਟਰਬਨ ਰਿਲੇਟਡ ਜੋ ਗੱਲ ਹੋਈ ਉਸ ਬਾਰੇ ਹੋਈ, ਬਾਕੀ ਪਰਸਨ ਕੋਈ ਗੱਲ ਨਹੀਂ। ਕੀ ਗੱਲਬਾਤ ਹੋਈ 3 ਤੋਂ 4 ਮਿੰਟ ਦੇ ਵਿੱਚ? 3 ਤੋਂ 4 ਮਿੰਟ 'ਚ ਇੱਦਾਂ ਹੈ, ਉਹਨਾਂ ਨੂੰ ਪੁੱਛਿਆ ਕਿ ਕਿਸ ਟਾਈਪ ਦੀ ਚਾਹੀਦੀ ਤੁਹਾਨੂੰ ਪੱਗ, ਛੋਟੀ ਚਾਹੀਦੀ, ਵੱਡੀ ਚਾਹੀਦੀ ਹੈ, ਦੋ ਸਟਾਈਲ ਹੁੰਦੇ ਵੱਟਾਂ ਵਾਲੀ ਜਾਂ ਸਿੰਪਲ ਚਾਹੀਦੀ ਹੈ। ਉਹਨਾਂ ਨੇ ਕਿਹਾ ਸਿੰਪਲ ਵਧੀਆ, ਛੋਟੀ ਮੈਨੂੰ। ਤੁਹਾਡੇ ਵੱਲੋਂ ਸਿਲੈਕਟ ਕੀਤੀ ਗਈ ਸੀ ਜਾਂ ਪ੍ਰਧਾਨ ਮੰਤਰੀ ਸਾਹਿਬ ਵੱਲੋਂ? ਨਹੀਂ, ਉਹਨਾਂ ਵੱਲੋਂ ਹੀ ਸਿਲੈਕਟ ਕੀਤੀ, ਪ੍ਰਧਾਨ ਮੰਤਰੀ ਸਾਹਿਬ ਵੱਲੋਂ ਸਿਲੈਕਟ ਕੀਤੀ ਗਈ ਸੀ। ਮੈਂ 4 ਪੱਗਾਂ ਲੈ ਕੇ ਗਿਆ ਸੀਗਾ, ਉਹਨਾਂ ਵਿੱਚੋਂ ਉਹਨਾਂ ਨੇ ਇੱਕ ਪੱਗ ਚੂਜ਼ ਕੀਤੀ ਅਤੇ ਜੋ ਅਸੀਂ ਬੰਨਤੀ। ਕਿੱਦਾਂ ਲੱਗ ਰਿਹਾ ਕਦੋਂ ਘਰ ਦੇ ਵਿੱਚ ਜਦੋਂ ਤੁਹਾਨੂੰ ਫੋਨ ਆਉਂਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਗ ਬੰਨਣੀ ਹੈ ਅਤੇ ਤੁਸੀਂ ਗੱਲਬਾਤ ਕਦੋਂ ਕਰਿਆ ਕਰਦੇ, ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਪਹਿਲਾਂ ਤਾਂ ਇੱਦਾਂ ਸੀਗਾ ਕਿ ਦੁਪਹਿਰੇ ਮੈਨੂੰ ਚਾਂਸ ਨਹੀਂ ਸੀਗਾ ਕਿ ਹਾਂ ਬੰਨਣਗੇ ਕਿ ਨਹੀਂ ਬੰਨ, ਕੋਈ ਟਾਈਮ ਵੀ ਉਹਨਾਂ ਕੋਲ ਉਸ ਹਿਸਾਬ ਨਾਲ ਹੀ ਹੁੰਦਾ। ਫਿਰ ਉਸ ਤੋਂ ਬਾਅਦ ਜਦੋਂ ਮੈਂ ਬੰਨੀ ਕੰਪਲੀਟ ਕੀਤੀ, ਮੈਂ ਘਰ ਪਹਿਲਾਂ ਫੋਨ ਲਾਇਆ ਕਿ ਮੈਂ ਕਿਹਾ ਅੱਜ ਵੀ ਮੈਂ ਬੰਨਤੀ ਹਾਂ ਪੱਗ, ਅਤੇ ਮੇਰੇ ਮਦਰ ਬਹੁਤ ਖੁਸ਼ ਹੋਏ ਅਤੇ ਬਹੁਤ ਉਹਨਾਂ ਬਲੈਸਿੰਗਸ ਦਿੱਤੀਆਂ। ਕਹਿੰਦੇ ਤੁਹਾਡੇ ਨਾਲ ਟਾਈ ਅਪ ਕੀਤਾ ਹੋਇਆ ਦਿੱਲੀ ਤੋਂ ਟਾਈ ਅਪ ਹੁੰਦਾ ਜਾਂ ਜਲੰਧਰੋਂ ਪਾਰਟੀ ਵੱਲੋਂ ਟਾਈ ਅਪ? ਇਹ ਮੈਨੂੰ ਅਮਰੀ ਭਾਅ ਜੀ ਜੋ ਆਪਣਾ BJP ਦੇ ਕਾਰਿਆਕਰਤਾ ਹੈ, ਉਹਨਾਂ ਨੇ ਮੈਨੂੰ ਰੈਕਮੈਂਡ ਅੱਗੇ ਕੀਤਾ ਅਤੇ ਉਹਨਾਂ ਨੇ ਟਾਈ ਅਪ ਕੀਤਾ। ਹੋਰ ਵੀ ਬੜੇ ਬੰਦੇ ਹੁੰਦੇ ਨੇ, ਕਿਹੜੇ ਤੁਹਾਨੂੰ ਹੀ ਕਿਉਂ ਚੋਇਸ ਕੀਤਾ ਹੈ? ਦੇਖੋ ਜੀ, ਆਪਣੀ ਆਪਣੀ ਪਸੰਦ ਹੈ, ਬਾਕੀ ਅਮਰੀ ਭਾਅ ਜੀ ਨੂੰ ਮੇਰਾ ਕੰਮ ਪਸੰਦ ਵਧੀਆ ਲੱਗਾ ਤਾਂ ਅੱਗੇ ਉਹਨਾਂ ਨੇ ਰੈਕਮੈਂਡ ਕੀਤਾ। ਪ੍ਰਧਾਨ ਮੰਤਰੀ ਸਾਹਿਬ ਨੂੰ ਕੰਮ ਪਸੰਦ ਆ ਗਿਆ? ਹਾਂਜੀ, ਉਹਨਾਂ ਨੂੰ ਕੰਮ ਪਸੰਦ ਸੀਗਾ ਤਾਂ ਹੀ ਉਹ ਅੱਗੇ ਦੂਜੀ ਵਾਰੀ ਮੈਨੂੰ ਮੌਕਾ ਦਿੱਤਾ ਉਹਨਾਂ। ਅੱਛਾ, ਅੱਗੇ ਕੀ ਕਹਿੰਦੇ? ਅੱਗੇ ਕਹਿੰਦੇ ਸੀਗੇ ਕਿ ਅਗਲੀ ਵਾਰ ਜੇ ਮੈਂ ਆਊਂਗਾ ਤਾਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਇਸ ਵਾਰ ਥੋੜ੍ਹੀ ਵੱਡੀ ਆਈ ਹੈ, ਅਗਲੀ ਵਾਰ ਆਊਂਗਾ ਤਾਂ ਮੈਨੂੰ ਇਸ ਤੋਂ ਹੋਰ ਛੋਟੀ ਚਾਹੀਦੀ ਹੈ ਪੱਗ। ਅੱਛਾ ਜੀ, ਅਤੇ ਮੈਂ ਕਿਹਾ ਠੀਕ ਹੈ ਤੁਸੀਂ ਆਓ, ਮੈਂ ਇਸ ਤੋਂ ਵੀ ਹੋਰ ਛੋਟੀ ਮੰਗੂੰਗਾ ਪੱਗ। ਵੱਲੋਂ ਸਜਾਈ ਗਈ ਹੈ, ਉਹ ਵੀ ਦੂਸਰੀ ਵਾਰ ਸਜਾਈ ਗਈ ਹੈ, ਪਹਿਲੀ ਵਾਰ 2022 ਵਿੱਚ ਸਜਾਈ ਗਈ ਸੀ ਔਰ ਅੱਜ ਮੈਨੂੰ ਮੌਕਾ ਦਿੱਤਾ ਉਹਨਾਂ ਨੇ। ਕਿੱਦਾਂ ਲੱਗ ਰਿਹਾ ਕਿ ਅੱਜ ਪ੍ਰਧਾਨ ਮੰਤਰੀ ਸਾਹਿਬ ਨੂੰ ਦੂਸਰੀ ਵਾਰ ਤੁਹਾਨੂੰ ਮੌਕਾ ਮਿਲਿਆ ਕਿ ਪੱਗ ਸਜਾਈ? ਬਹੁਤ ਵਧੀਆ ਲੱਗ ਰਿਹਾ, ਉਹ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਕਿੰਗ ਕਿਹਾ ਜਾਂਦਾ, ਬਹੁਤ ਮੈਂ ਕਹਿੰਦਾ ਖੁਸ਼ੀ ਦਾ ਟਿਕਾਣਾ ਨਹੀਂ ਹੈ ਮੇਰੀ ਜੀ। ਕਿੰਨਾ ਸਮਾਂ ਲੱਗਿਆ ਇਸ ਪੱਗ ਨੂੰ ਬੰਨਣ? 3 ਤੋਂ 4 ਮਿੰਟ ਲੱਗੇ ਪੱਗ ਬੰਨਣ ਨੂੰ ਜੀ। ਕੋਈ ਪੱਗ ਬੰਨਦੇ ਕੋਈ ਗੱਲਬਾਤ ਹੋਈ ਹੋਵੇ ਤੁਹਾਡੇ ਕਰੀਅਰ ਬਾਰੇ, ਕੋਈ ਗੱਲਬਾਤ ਜਾਂ ਜਲੰਧਰ ਵਾਸਤੇ ਕੋਈ ਗੱਲਬਾਤ? ਨਹੀਂ, ਇਸ ਬਾਰੇ ਕੋਈ ਗੱਲਬਾਤ ਨਹੀਂ, ਬਟ ਟਰਬਨ ਰਿਲੇਟਡ ਜੋ ਗੱਲ ਹੋਈ ਉਸ ਬਾਰੇ ਹੋਈ, ਬਾਕੀ ਪਰਸਨ ਕੋਈ ਗੱਲ ਨਹੀਂ। ਕੀ ਗੱਲਬਾਤ ਹੋਈ 3 ਤੋਂ 4 ਮਿੰਟ ਦੇ ਵਿੱਚ? 3 ਤੋਂ 4 ਮਿੰਟ 'ਚ ਇੱਦਾਂ ਹੈ, ਉਹਨਾਂ ਨੂੰ ਪੁੱਛਿਆ ਕਿ ਕਿਸ ਟਾਈਪ ਦੀ ਚਾਹੀਦੀ ਤੁਹਾਨੂੰ ਪੱਗ, ਛੋਟੀ ਚਾਹੀਦੀ, ਵੱਡੀ ਚਾਹੀਦੀ ਹੈ, ਦੋ ਸਟਾਈਲ ਹੁੰਦੇ ਵੱਟਾਂ ਵਾਲੀ ਜਾਂ ਸਿੰਪਲ ਚਾਹੀਦੀ ਹੈ। ਉਹਨਾਂ ਨੇ ਕਿਹਾ ਸਿੰਪਲ ਵਧੀਆ, ਛੋਟੀ ਮੈਨੂੰ। ਪੱਗ ਤੁਹਾਡੇ ਵੱਲੋਂ ਸਿਲੈਕਟ ਕੀਤੀ ਗਈ ਸੀ ਜਾਂ ਪ੍ਰਧਾਨ ਮੰਤਰੀ ਸਾਹਿਬ ਵੱਲੋਂ? ਨਹੀਂ, ਉਹਨਾਂ ਵੱਲੋਂ ਹੀ ਸਿਲੈਕਟ ਕੀਤੀ, ਪ੍ਰਧਾਨ ਮੰਤਰੀ ਸਾਹਿਬ ਵੱਲੋਂ ਸਿਲੈਕਟ ਕੀਤੀ ਗਈ ਸੀ। ਮੈਂ 4 ਪੱਗਾਂ ਲੈ ਕੇ ਗਿਆ ਸੀਗਾ, ਉਹਨਾਂ ਵਿੱਚ ਉਹਨਾਂ ਨੇ ਇੱਕ ਪੱਗ ਚੂਜ਼ ਕੀਤੀ ਅਤੇ ਜੋ ਅਸੀਂ ਬੰਨਤੀ। ਕਿੱਦਾਂ ਲੱਗ ਰਿਹਾ ਕਦੋਂ ਘਰ ਦੇ ਵਿੱਚ ਜਦੋਂ ਤੁਹਾਨੂੰ ਫੋਨ ਆਉਂਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਗ ਬੰਨਣੀ ਹੈ ਅਤੇ ਤੁਸੀਂ ਗੱਲਬਾਤ ਕਦੋਂ ਕਰਿਆ ਕਰਦੇ, ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਪਹਿਲਾਂ ਤਾਂ ਇੱਦਾਂ ਸੀਗਾ ਕਿ ਦੁਪਹਿਰੇ ਮੈਨੂੰ ਚਾਂਸ ਨਹੀਂ ਸੀਗਾ ਕਿ ਹਾਂ ਬੰਨਣਗੇ ਕਿ ਨਹੀਂ ਬੰਨ, ਕੋਈ ਟਾਈਮ ਵੀ ਉਹਨਾਂ ਕੋਲ ਉਸ ਹਿਸਾਬ ਨਾਲ ਹੀ ਹੁੰਦਾ। ਫਿਰ ਉਸ ਤੋਂ ਬਾਅਦ ਜਦੋਂ ਮੈਂ ਬੰਨੀ ਕੰਪਲੀਟ ਕੀਤੀ, ਮੈਂ ਘਰ ਪਹਿਲਾਂ ਫੋਨ ਲਾਇਆ ਕਿ ਮੈਂ ਕਿਹਾ ਅੱਜ ਵੀ ਮੈਂ ਬੰਨਤੀ ਹਾਂ ਪੱਗ, ਅਤੇ ਮੇਰੇ ਮਦਰ ਬਹੁਤ ਖੁਸ਼ ਹੋਏ
ਤੇ ਬਹੁਤ ਉਹਨੇ ਬਲੈਸਿੰਗਸ ਦਿੱਤੀਆਂ ਕਹਿੰਦੇ। ਤੇ ਤੁਹਾਡੇ ਨਾਲ ਟਾਈ ਅਪ ਕੀਤਾ ਹੋਇਆ ਦਿੱਲੀ ਤੋਂ ਟਾਈ ਅਪ ਹੁੰਦਾ ਜਾਂ ਜਲੰਧਰੋਂ ਪਾਰਟੀ ਵੱਲੋਂ ਟਾਈ ਅਪ ਕਰਾਉਂਦੇ? ਇਹ ਮੈਨੂੰ ਅਮਰੀ ਭਾਅ ਜੀ ਜੋ ਆਪਣਾ ਬੀਜੇਪੀ ਦੇ ਕਾਰਜਕਰਤਾ ਹੈ ਉਹਨਾਂ ਨੇ ਮੈਨੂੰ ਰੈਕਮੈਂਡ ਅੱਗੇ ਕੀਤਾ ਅਤੇ ਉਹਨਾਂ ਨੇ ਟਾਈ ਅਪ ਕੀਤਾ। ਹੋਰ ਵੀ ਬੜੇ ਬੰਦੇ ਹੁੰਦੇ ਨੇ, ਕਿਹੜੇ ਤੁਹਾਨੂੰ ਕਿਉਂ ਚੋਇਸ ਕੀਤਾ ਹੈ? ਦੇਖੋ ਜੀ ਆਪਣੀ ਆਪਣੀ ਪਸੰਦ ਹੈ, ਬਾਕੀ ਅਮਰੀ ਭਾਅ ਜੀ ਨੂੰ ਮੇਰਾ ਕੰਮ ਪਸੰਦ ਵਧੀਆ ਲੱਗਾ ਤਾਂ ਅੱਗੇ ਉਹਨਾਂ ਨੇ ਰੈਕਮੈਂਡ ਕੀਤਾ। ਪ੍ਰਧਾਨ ਮੰਤਰੀ ਸਾਹਿਬ ਨੂੰ ਕੰਮ ਪਸੰਦ ਆ ਗਿਆ? ਹਾਂਜੀ ਉਹਨਾਂ ਨੂੰ ਕੰਮ ਪਸੰਦ ਸੀਗਾ ਤਾਂ ਹੀ ਅੱਗੇ ਦੂਜੀ ਵਾਰੀ ਮੈਨੂੰ ਮੌਕਾ ਦਿੱਤਾ ਉਹਨਾਂ ਨੇ। ਅੱਛਾ ਅੱਗੇ ਕੀ ਕਹਿੰਦੇ? ਅੱਗੇ ਕਹਿੰਦੇ ਸੀਗੇ ਕਿ ਅਗਲੀ ਵਾਰ ਜੇ ਮੈਂ ਆਊਂਗਾ ਤਾਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਇਸ ਵਾਰ ਥੋੜ੍ਹੀ ਵੱਡੀ ਆਈ ਹੈ, ਅਗਲੀ ਵਾਰ ਆਊਂਗਾ ਤਾਂ ਮੈਨੂੰ ਇਸ ਤੋਂ ਹੋਰ ਛੋਟੀ ਚਾਹੀਦੀ ਹੈ ਬਾਕੀ। ਅੱਛਾ ਜੀ। ਅਤੇ ਮੈਂ ਕਿਹਾ ਠੀਕ ਹੈ ਤੁਸੀਂ ਆਓ, ਮੈਂ ਇਸ ਤੋਂ ਵੀ ਹੋਰ ਛੋਟੀ ਮੰਗੂੰਗਾ ਬਾਕੀ।